ਡਿਵਾਈਡਰ ਹੈ ਕੰਧ ਦੇ ਨਾਲ ਕੰਧ ਦੇ ਨਾਲ ਹੀ ਖੜੇ ਨੇ ਪਰ ਅਸੀਂ ਦੂਰ ਖੜੇ ਨੇ ਇੱਥੇ ਨਾਲ ਹੀ ਖੜੇ ਨੇ ਇਹ ਦਮੀ ਚੱਕ ਦੀ ਗੱਡੀ ਦਾ ਨਾ ਪੜਕਾ ਕੇ ਮੁੰਡਾ ਉੱਥੇ ਲੱਗਿਆ ਹੋਊਗਾ ਸ਼ੀਸ਼ੇ ਚ ਨਾ ਹਾਂ ਵੀ ਵੀ ਤੇਰਾ ਨੰਬਰ ਹੈ ਗੱਡੀ ਇਹਦਾ ਬਹੁਤ ਦੂਰ ਤੱਕ ਲੈ ਕੇ ਗਈ ਜੀ ਇਹ ਗੱਡੀ ਦਾ ਅਸੀਂ ਖੜੇ ਹਾਂ ਸੰਗਰੂਰ ਦੇ ਉੱਪਲੀ ਰੋਡ ਦੇ ਫਲਾਈਓਵਰ ਦੇ ਉੱਤੇ ਜਿੱਥੇ ਕਿ ਰਾਤ ਤਕਰੀਬਨ 11:30 ਵਜੇ ਇੱਕ ਐਕਸੀਡੈਂਟ ਹੁੰਦਾ ਹੈ। ਐਕਸੀਡੈਂਟ ਇੰਨਾ ਦਰਦਨਾਕ ਸੀਗਾ ਜਿਸ ਦੇ ਵਿੱਚ 4 ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਜਦੋਂ 2 ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਉਹ ਉੱਥੇ ਡੈੱਡ ਕਰਾਰ ਦਿੱਤੇ ਜਾਂਦੇ ਹੈ ਅਤੇ ਤੀਜਾ ਜਿਹੜਾ ਨੌਜਵਾਨ ਸੀ ਉਸਨੂੰ ਪਟਿਆਲੇ ਰੈਫਰ ਕਰ ਦਿੱਤਾ ਗਿਆ। ਅਤੇ ਤੁਹਾਨੂੰ ਪਹਿਲਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਵਿਖਾਉਣੀਆਂ ਚਾਹਾਂਗੇ ਕਿ ਇਹ ਉਹ ਜਿਹੜੇ ਰਾਤ ਐਕਸੀਡੈਂਟ ਹੋਇਆ ਉਹ ਉਸਦੀਆਂ ਇਹ ਦਰਦਨਾਕ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ ਕਿੱਡਾ ਮਾੜ ਤਕੜਾ ਐਕਸੀਡੈਂਟ ਹੋਇਆ ਕਿ ਐਕਸੀਡੈਂਟ ਦੇ ਵਿੱਚ ਆਹ ਮੋਟਰਸਾਈਕਲ ਦੇ ਚੀਤੜੇ ਤੱਕ ਉੱਡ ਗਏ। ਅਤੇ ਦੂਜੇ ਪਾਸੇ ਗੱਲ ਕਰੀ ਜਾਵੇ ਅਤੇ 2 ਨੌਜਵਾਨਾਂ ਨੂੰ ਤਾਂ ਇੱਕ ਟਾਈਮ 'ਤੇ ਹੀ ਔਨ ਦੀ ਸਪੋਟ ਡੈੱਡ ਕਰਾਰ ਦਿੱਤਾ ਜਾਂਦਾ ਅਤੇ ਤੀਜੇ ਨੂੰ ਪਟਿਆਲੇ ਰੈਫਰ ਕੀਤਾ ਜਾਂਦਾ। ਪਰ ਜੇ ਮੇਨ ਗੱਲ ਕਰੀਏ ਚੌਥੇ ਦੀ ਕਿ ਚੌਥਾ ਜਿਹੜਾ ਜਿਹਦੀ ਡੈੱਡ ਬੋਡੀ ਮਿਲੀ ਸੀ ਉਹ ਆਦਮੀ ਕਿੱਥੇ ਹੈ, ਤੁਹਾਨੂੰ ਦੱਸਣਾ ਚਾਹਾਂਗੇ। ਤਕਰੀਬਨ ਜਦੋਂ ਪੁਲਿਸ ਨੂੰ ਇਸ ਗੱਲ ਦਾ ਵਾਕਿਆ ਪਤਾ ਲੱਗਦਾ ਹੈ ਪੁਲਿਸ ਅਤੇ ਨਾਲ ਐਂਬੂਲੈਂਸ ਉਰੇ ਆਉਂਦੀ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੰਦੀ ਹੈ। ਤੁਹਾਨੂੰ ਇੱਕ ਵਾਰ ਫਿਰ ਦੁਬਾਰਾ ਤੋਂ ਤਸਵੀਰਾਂ ਵਿਖਾਉਣਾ ਚਾਹਾਂਗੇ ਕਿ ਇਹ ਜਿੱਥੇ ਕਿ ਉਹ ਝਾੜੀਆਂ ਕੋਲੇ ਦੂਰ ਤੁਸੀਂ ਵੇਖ ਸਕਦੇ ਹੋ ਕਿ ਉੱਥੇ ਇੱਕ ਨੌਜਵਾਨ ਪੁਲ ਦੇ ਉੱਤੋਂ ਦੀ ਟਪਾ ਕੇ ਉਹ ਉਹਦੀ ਡੈੱਡ ਬੋਡੀ ਹੈ ਜਿਹੜੀ ਉੱਥੇ ਪਈ ਜਾਂਦੀ ਹੈ। ਇਹ ਅਤੇ ਸਾਰੀ ਰਾਤ ਉਹ ਨੌਜਵਾਨ ਇੱਥੇ ਹੀ ਕੱਟ ਦਿੰਦਾ ਹੈ। ਇੱਕ ਪੁਲਿਸ ਦੇ ਸਵਾਲੀਆ ਨਿਸ਼ਾਨ ਜ਼ਰੂਰ ਉੱਠਦਾ ਹੈ ਕਿ ਜਦੋਂ ਉਹ ਐਕਸੀਡੈਂਟ ਦੇ ਮੌਕੇ ਵਾਰਦਾਤ 'ਤੇ ਪਹੁੰਚਦੇ ਨੇ ਤਾਂ ਉਹਨਾਂ ਨੇ ਇੱਧਰ ਉੱਧਰ ਕਿਉਂ ਨਹੀਂ ਵੇਖਿਆ ਕਿ ਕੀ ਕਾਰਨ ਹੋਏ ਕਿ ਐਡੀ ਉਹਨਾਂ ਨੂੰ ਕੀ ਜਲਦਬਾਜ਼ੀ ਹੋਈ ਕਿ ਉਹਨਾਂ ਨੇ ਪੂਰੀ ਇਨਕੁਆਇਰੀ ਨਹੀਂ ਕੀਤੀ। ਤਾਂ ਇੱਕ ਅੱਜ ਪੁਲਿਸ ਦੇ ਉੱਤੇ ਵੀ ਇੱਕ ਜ਼ਰੂਰ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਕਿ ਜਿਹੜਾ ਉਹ ਨੌਜਵਾਨ ਸੀਗਾ ਕੀ ਉਹ ਰਾਤ ਹੀ ਡੈੱਡ ਹੋ ਚੁੱਕਿਆ ਸੀਗਾ ਜਾਂ ਫਿਰ ਉਹ ਤੋਂ ਸਾਰੀ ਰਾਤ ਸੱਟਾਂ ਦੀ ਜਿਹੜੀ ਉਹਦੇ ਦਰਦ ਸੀ ਉਹ ਨਹੀਂ ਸਹਿ ਸਕਿਆ। ਇਹ ਇੱਕ ਪੁਲਿਸ ਦੇ ਉੱਤੇ ਜ਼ਰੂਰ ਪ੍ਰਸ਼ਨ ਚਿੰਨ੍ਹ। ਸਾਡੇ ਨਾਲ ਮੌਜੂਦ ਨੇ ਵੀਰ ਬੇਅੰਤ ਸਿੰਘ ਜੀ ਜੋ ਕਿ ਇੱਕ ਨਜ਼ਦੀਕ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ। ਇੱਕ ਜਦੋਂ ਇੱਥੋਂ ਨਿਕਲਦੇ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਕੀ ਕਿਵੇਂ ਇਸ ਤਰ੍ਹਾਂ ਹਾਦਸਾ ਹੋਇਆ, ਕੀ ਭਾਅ ਜੀ ਇੱਕ ਰਾਤ ਦਰਦਨਾਕ ਹਾਦਸਾ ਹੋਇਆ, ਕੀ ਕੁਛ ਹੋਇਆ ਮਾੜਾ ਤਕਰੀਬਨ? ਕੀ ਕੁਛ ਤਾਂ ਹੋਇਆ ਜੀ, ਜਿਹੜੀ ਆਹ ਨਾਲ ਸਰਵਿਸ ਰੋਡ ਹੈ ਜੀ, ਸਰਵਿਸ ਰੋਡ ਤੋਂ 4 ਵਿਅਕਤੀ ਉੱਪਰ ਚੜ੍ਹ ਰਹੇ ਤੇ ਫਲਾਈਓਵਰ 'ਤੇ ਜੀ, ਅਤੇ ਪਿੱਛੋਂ ਸਕਾਰਪੀਓ ਗੱਡੀ ਆਈ, ਸਕਾਰਪੀਓ ਗੱਡੀ ਨਾਲ ਉਹਨਾਂ ਦਾ ਅਚਾਨਕ ਐਕਸੀਡੈਂਟ ਹੋ ਗਿਆ ਜਿਸ ਕਰਕੇ 3 ਵਿਅਕਤੀ ਉੱਪਰ ਹੋ ਗਏ ਅਤੇ 1 ਦੀ ਲਾਸ਼ ਉੱਥੇ ਥੱਲੇ ਪਈ ਸੀ। ਅੱਛਾ ਜੀ, ਹਾਂਜੀ, ਜੋ ਨਜ਼ਦੀਕ ਸਥਾਨਕ ਵਿਅਕਤੀਆਂ ਨੇ ਦੱਸਿਆ ਜੀ। ਅੱਛਾ ਜੀ, ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ 'ਤੇ ਵੀ ਸਵਾਲ ਚਿੰਨ੍ਹ ਉੱਠਦੇ ਨੇ ਕਿ ਇੱਕ ਡੈੱਡ ਬੋਡੀ ਇੱਥੇ ਰਾਤ ਨੂੰ ਇੱਥੇ ਸਾਰੀ ਰਾਤ ਪਈ ਰਹਿੰਦੀ ਹੈ, ਕੀ ਸ਼ਾਇਦ ਉਹ ਹੋ ਸਕਦਾ ਸੀ ਕਿ ਉਸ ਟਾਈਮ ਜ਼ਿੰਦਾ ਹੋਵੇ ਕਿ ਕਦੋਂ ਉਹਦੀ ਡੈੱਡ ਬੋਡੀ? ਤੁਹਾਨੂੰ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਕਮੀ ਦੇਖਣ ਨੂੰ ਹੋ ਸਕਦਾ ਜੀ? ਪੁਲਿਸ ਪ੍ਰਸ਼ਾਸਨ ਨੇ ਜੀ, ਮਤਲਬ ਜਿਹੜਾ ਇੱਕ ਸਬਜ਼ੀ ਵਾਲਾ ਵਿਅਕਤੀ ਲੰਘਦਾ ਉਹਨੇ ਸਵੇਰੇ 5 ਵਜੇ ਦੇਖੀ ਵੀ ਲਾਸ਼ ਉੱਥੇ ਪਈ ਹੈ ਜੀ। ਹਾਂਜੀ, ਇਸ ਕਾਰਨ ਵੀ 3 ਬੰਦੇ ਉੱਥੇ ਤੇ ਜੀ, ਸਾਡੇ ਪਿੰਡ ਦੇ ਹੀ ਆ ਗਏ ਬਾਈ। ਅੱਛਾ ਜੀ, ਇਹਨਾਂ ਬਾਈਆਂ ਨੂੰ ਜ਼ਿਆਦਾ ਪਤਾ ਹੋਊ ਕੁਛ? ਬਾਈ, ਗੱਲ ਅਸੀਂ ਕਰ ਰਹੇ ਸੀ ਕਿ ਜਿਹੜਾ ਇੱਕ ਡੈੱਡ ਬੋਡੀ ਮਿਲਦੀ ਹੈ ਸਵੇਰ ਦੀ, ਸਾਡਾ ਮੇਨ ਪੁਆਇੰਟ ਹੈ ਕਿ ਚਲੋ ਇੱਕ ਹਾਦਸਾ ਹੁੰਦਾ ਪਰ ਇੱਕ ਡੈੱਡ ਬੋਡੀ ਦਾ ਸਵੇਰੇ ਮਿਲਣਾ, ਪੁਲਿਸ ਪ੍ਰਸ਼ਾਸਨ ਆਉਂਦਾ, ਐਂਬੂਲੈਂਸ, ਡਾਕਟਰ ਵਿਭਾਗ ਆਉਂਦਾ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਨਾਕਾਮੀ ਹੈ? ਹੈ ਤਾਂ ਹੈ ਜੀ, ਕੁਛ ਸਾਈਡ 'ਤੇ ਵੀ ਵੀਰ ਜੀ ਡਿੱਗੀ ਹੋਊਗੀ, ਨਹੀਂ ਉਹਨਾਂ ਨੂੰ ਪਤਾ ਲੱਗਿਆ ਹੋਊਗਾ। ਵੈਸੇ ਜਿਹੜੇ 3 ਮੁੰਡੇ ਸੀਗੇ ਜੀ ਉਹ ਮੌਕੇ 'ਤੇ ਉਹਨਾਂ ਨੂੰ ਮਿਲੇ ਹੋਣਗੇ, ਬਾਕੀ ਜਿਵੇਂ ਐਕਸੀਡੈਂਟ ਹੋਇਆ ਹੈ ਨਾ ਜੀ ਜਾਂ ਅੱਗੇ ਪਿੱਛੇ ਡਿੱਗ ਗਏ ਹੋਣਗੇ ਜੀ, ਉਹ ਸਵੇਰੇ 4 ਵਜੇ ਕਹਿੰਦੇ ਨੇ ਮਿਲਿਆ ਵੀ ਮੁੰਡਾ ਇੱਕ, ਬਈ ਉਹਨਾਂ ਦੇ ਵੀ ਆਪਾਂ ਕਹੀਏ ਜੇ ਕੋਈ ਚੀਜ਼ ਹੀ ਸਾਈਡ 'ਤੇ ਵੱਜ ਕੇ ਡਿੱਗ ਗਈ ਨਹੀਂ ਪਤਾ ਲੱਗਿਆ ਹੋਊਗਾ। ਵੈਸੇ ਸੇਵਾ ਕਰਕੇ ਆਏ ਨੇ ਜੀ, 3 ਦਿਨ ਉੱਥੇ ਸੇਵਾ ਕਰਦੇ ਰਹੇ ਨੇ ਜੀ, LCD ਲੈਣ ਆਏ ਸੀਗੇ ਰਾਤੀ ਘਰੋਂ 9:30 ਵਜੇ ਜੀ, ਉਦੋਂ ਹਾਦਸਾ ਹੋਇਆ ਜੀ।
ਤੇ ਜਾਨੀ ਕਿ ਕੋਈ ਇਹੋ ਜਿਹਾ ਚੱਕਰ ਨਹੀਂ ਵੀ ਬੰਦੇ ਨੇ ਕੋਈ ਖਾਧਾ ਪੀਤਾ ਹੋਵੇ ਜਮਾਂ ਮੁੰਡੇ ਸਹੀ ਸੀਗੇ ਜੀ ਵਧੀਆ ਦਾੜੀ ਕੇਸ ਰੱਖ ਲਿਆ ਦਾੜੀ ਕੇਸ ਰੱਖਿਆ ਜੀ ਅੰਮ੍ਰਿਤ ਛਕਣਾ ਸੀਗਾ ਹੁਣ ਉਹਨਾਂ ਨੇ ਜੀ ਅਸੀਂ ਵੀ ਸਾਰੇ ਪਹਿਲਾਂ ਗਲਤ ਪਾਸੇ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਸ਼ਾਇਦ ਕਿਤੇ ਨਾ ਕਿਤੇ ਜੇ ਉਸ ਟਾਈਮ ਉਹ ਤੇ ਨਿਗਾਹ ਪੈ ਜਾਂਦੀ ਚਲੋ ਮੌਤ ਕਿਸੇ ਦੇ ਹੱਥ 'ਚ ਨਹੀਂ ਹੈ ਸ਼ਾਇਦ ਕਿਤੇ ਉਹ ਬਚਣ ਦੇ ਚਾਂਸ ਸੀ ਹਾਂ ਹੈਗੇ ਸੀਗੇ ਚਾਂਸ ਬਚਣ ਦੇ ਜੀ ਉਸੇ ਟਾਈਮ ਮੌਕੇ ਤੇ ਦਿਖ ਜਾਂਦਾ ਉਹਨਾਂ ਨੂੰ ਲੈ ਜਾਂਦੇ ਜੀ ਖਬਰ ਪਹੁੰਚਦੀ ਕੋਈ ਨਾ ਕੋਈ ਖਬਰ ਕੋਈ ਕਿਸੇ ਨੂੰ ਨਹੀਂ ਪਹੁੰਚੀ ਸੀ ਇਹ ਪਤਾ ਲੱਗਿਆ ਪ੍ਰਸ਼ਾਸਨ ਵੀ ਦਿੰਦੇ ਸਭ ਕੁਝ ਕਰਦੇ ਭਰਾ ਅਸੀਂ ਸਾਡੇ ਵੀ ਜੇ ਚਾਹੇ ਜੀ ਪੈਸੇ ਟਕੇ ਦੀ ਵੀ ਲੋੜ ਹੁੰਦੀ ਹੁਣ ਅਸੀਂ ਦੇਖਿਆ ਹਸਪਤਾਲਾਂ 'ਚ ਕੋਈ ਦਾ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਨੇ ਕੋਈ ਵੱਢ ਟੁੱਕ ਕਰਤੀ ਸੱਟ ਫੇਟ ਮਾਰਤੀ ਕੋਈ ਡਾਕਟਰ ਨਹੀਂ ਨੇੜੇ ਲੱਗਦਾ ਕਹਿਣਗੇ ਪਹਿਲਾਂ ਪਰਿਵਾਰ ਦਾ ਜੀ ਜੇ ਪਰਿਵਾਰ ਤੱਕ ਖਬਰ ਹੀ ਨਹੀਂ ਪਹੁੰਚੀ ਫਿਰ ਉਹ ਗੌਰਮੈਂਟ ਦਾ ਜਾਂ ਪ੍ਰਸ਼ਾਸਨ ਦਾ ਹੀ ਫਰਜ਼ ਬਣਦਾ ਵੀ ਉਹਨੂੰ ਸਾਂਭੋ ਤਾਂ ਸਹੀ ਜਿਹਦੇ ਘਰੋਂ ਜੀ ਤੁਰ ਗਿਆ ਇਹ ਗਾਵਾਂ ਨੇ ਇੱਥੇ ਹਜ਼ਾਰ ਐਕਸੀਡੈਂਟ ਹੁੰਦੇ ਨੇ ਮੇਰੀ ਬੇਟੀ ਹੋਈ ਸੀ 8ਵੇਂ ਮਹੀਨੇ 'ਚ ਦੋ ਸਕੇ ਭਾਈਆਂ ਦਾ ਢੱਠੇ ਭਿੜਦੇ ਸੀ ਵੱਜੇ ਐਕਸੀਡੈਂਟ ਹੋ ਗਿਆ ਉਹ ਗਾਵਾਂ ਢੱਠੇ ਭਿੜਨ ਕਰਕੇ ਉਹ ਘਰੋਂ ਦੋ ਸਕੇ ਭਾਈ ਤੁਰ ਗਏ ਫਿਰ ਇਹ ਗਊ ਮਾਤਾ ਤੋਂ ਅਸੀਂ ਕੀ ਕਰਾਉਣਾ ਹੈ ਸਾਡੀ ਥੋੜ੍ਹੀ ਮਾਤਾ ਜਿਹਦੇ ਭੈਣ ਭਰਾ ਘਰੋਂ ਤੁਰ ਜੇ ਜਵਾਨ ਪੁੱਤ ਚਲਾ ਗਿਆ 18-19 ਸਾਲ ਦਾ ਉਹ ਮਾਂ ਕੀ ਕਰੂ ਉਹ ਪਿਓ ਕੀ ਕਰੂ ਸਾਨੂੰ ਨਹੀਂ ਸੀ ਸਮਝ ਹੁੰਦੀ ਜਦੋਂ ਦੇ ਮਹਾਰਾ ਸੱਚੇ ਪਾਤਸ਼ਾਹ ਨੇ ਸਿੱਧੇ ਪਾਸੇ ਲਾਇਆ ਤਾਂ ਪਤਾ ਲੱਗਿਆ ਉਹ ਮੁੰਡੇ ਦਾ 4 ਮਹੀਨਿਆਂ ਦਾ ਬੱਚਾ ਕੀ ਕਰੂ ਜਿਹੜਾ ਮੇਰੇ ਪਿੰਡੋਂ ਛੋਟੇ ਕਮੋ ਮਾਜਰੇ ਤੋਂ ਉਹਦੇ ਘਰ ਵਾਲੀ ਨੂੰ ਕੌਣ ਸਾਂਭੂ ਬਾਪ ਸਿਰ 'ਤੇ ਨਹੀਂ ਮਾਂ ਬਜ਼ੁਰਗ ਹੈ ਰੋ ਰੋ ਬੁਰੇ ਹਾਲ ਨੇ ਇਹ ਸਨ ਪਿੰਡ ਦੇ ਨਿਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ 'ਤੇ ਵੀ ਸਵਾਲ ਉੱਠਦੇ ਹੈ ਜੇ ਰਾਤ ਨੂੰ ਕਿਤੇ ਉਹਨਾਂ 'ਤੇ ਨਿਗਾਹ ਪੈ ਜਾਂਦੀ ਉਹ ਸ਼ਾਇਦ ਕਹਿ ਸਕਦੇ ਹਾਂ ਕਿਉਂਕਿ ਅਸੀਂ ਇਹ ਵੀ ਨਹੀਂ ਹਜੇ ਕਲੀਅਰ ਕਿ ਉਹ ਐਨ ਦੀ ਸਪੋਰਟ ਮਰਿਆ ਕਿ ਸਵੇਰੇ ਕੁਛ ਟਾਈਮ ਬਾਅਦ ਮਰਿਆ ਜੇ ਕਿਤੇ ਉਹ ਬੰਦਾ ਮਤਲਬ ਕਿ ਪੁਲਿਸ ਪ੍ਰਸ਼ਾਸਨ ਦੇ ਜਾਂ ਜਿਹੜੀ ਉੱਥੇ ਮੈਡੀਕਲ ਟੀਮ ਆਈ ਸੀ ਉਹਦੀ ਨਿਗਾਹ 'ਤੇ ਹੁੰਦਾ ਤਾਂ ਸ਼ਾਇਦ ਕੁਛ ਹੋਰ ਵੇਖਣ ਨੂੰ ਵੀ ਮਿਲ ਸਕਦਾ ਸੰਗਰੂਰ ਤੋਂ ਰਵੀ ਸ਼ਰਮਾ ਜਗਬਾਣੀ TV